ਯਾਨ ਜੀ ਯਾਨੋ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਸਿੱਧੂ ਮੂਸੇਵਾਲਾ ਦੇ ਮਰਡਰ ਕੇਸ ਤੋਂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਪਹਿਲੀ ਗ੍ਰਿਫਤਾਰੀ ਮੋਲਜਮ 5 ਦਿਨ ਦੇ ਰਿਮਾਂਡ ਤੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪਹਿਲੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਮਾਮਲੇ ਵਿੱਚ ਮਾਨਪ੍ਰੀਤ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀਏ ਸੋਮਵਾਰ ਨੂੰ ਮਨਪ੍ਰੀਤ ਨੂੰ ਉੱਤਰਾਖੰਡ ਤੋਂ ਫੜਿਆ ਗਿਆ ਜਿਸ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮਨਪ੍ਰੀਤ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਇਸ ਮਾਮਲੇ ਦੀ ਜਾਂਚ ਜਾਰੀ ਹੈ ਪੁਲਿਸ ਟੀਮਾਂ ਇਸ ਮਾਮਲੇ ਦੇ ਸਾਰੇ ਸੂਤਰ ਜੋੜ ਰਹੀਆਂ ਨੇ ਫਿਲਹਾਲ ਇਹ ਸਪਸ਼ਟ ਨਹੀਂ ਹੋਇਆ ਕਿ ਇਸ ਮਾਮਲੇ ਵਿੱਚ ਮਨਪ੍ਰੀਤ ਦੀ ਕੀ ਭੂਮਿਕਾ ਹੈ ਪਰ ਇਹ ਜਾਂਚ ਦਾ ਵਿਸ਼ਾ ਹੈ ਜਿਸ ਤੇ ਪੁਲਸ ਹਾਲੇ ਇੱਕ ਗੱਲ ਨਹੀਂ ਕਰ ਰਹੀ ਸੋਮਵਾਰ ਨੂੰ ਉੱਤਰਾਖੰਡ ਵਿੱਚ ਐਸਟੀਐਫ ਨੇ ਦੋ ਗੱਡੀਆਂ ਫੜੀਆਂ ਸੂਤਰਾਂ ਦਾ ਕਹਿਣਾ ਹੈ ਕਿ ਇਹ ਗੱਡੀਆਂ ਲਾਰੈਂਸ ਗੈਂਗ ਦੇ ਬਦਮਾਸ਼ਦਿਆਂ ਸੀ ਸਿੱਧੂ ਮੂਸੇਵਾਲਾ ਕਤਲकांड ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 5 ਦਿਨਾਂ ਲਈ ਲਿਆ ਹਿਰਾਸਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰੋਹਨੀ ਅਦਾਲਤ ਵਿੱਚ ਅੱਜ ਪੇਸ਼ ਕੀਤਾ ਗਿਆ ਇਸ ਦੌਰਾਨ ਸਪੈਸ਼ਲ ਸੈੱਲ ਦੀ ਟੀਮ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਨੂੰ 5 ਦਿਨਾਂ ਦੇ ਲਈ ਹਿਰਾਸਤ ਵਿੱਚ ਲੈ ਲਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਈਸ਼ਰੋ ਸਿੰਘ ਨੂੰ ਲਾਇਆ ਏ ਡੀ ਜੀ ਪੀ ਲਾ ਐਂਡ ਆਰਡਰ ਪੰਜਾਬ ਦੇ ਏ ਡੀ ਜੀ ਪੀ ਲਾ ਐਂਡ ਆਰਡਰ ਬਦਲ ਕੇ ਹਨ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਲੈ ਕੇ ਉੱਠ ਰਹੇ ਸਵਾਲਾਂ ਵਿਚਾਲੇ ਇਹ ਨਿਯੁਕਤੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ 1993 ਬੈਂਚ ਦੇ ਸੀਨੀਅਰ ਆਈਪੀਐਸ ਅਧਿਕਾਰੀ ਈਸ਼ਵਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਏ ਡੀਜੀਪੀ ਲਾ ਐਂਡ ਆਰਡਰ ਪੰਜਾਬ ਵੱਜੋਂ ਤਾਇਨਾਤ ਕੀਤਾ ਗਿਆ। ਇਸ ਤੋਂ ਪਹਿਲਾਂ ਈਸ਼ਵਰ ਸਿੰਘ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਦੇ ਅਹੁਦੇ ਵੱਜੋਂ ਤਾਇਨਾਤ ਸਨ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੁਰੱਖਿਆ ਵਾਪਸ ਨਾ ਲੈਣ ਦੇ ਫੈਸਲੇ ਮਗਰੋਂ ਪੰਜਾਬ ਪੁਲਿਸ ਨੂੰ ਪਈਆਂ ਭਾਜੜਾਂ ਜ਼ਥੇਦਾਰ ਦੇ ਪੀਐਨ ਕੀਤਾ ਦਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਪੁਲਿਸ ਦੀ ਸੁਰੱਖਿਆ ਨਾ ਲੈਣ ਦੇ ਫੈਸਲੇ ਮਗਰੋਂ ਪੰਜਾਬ ਪੁਲਿਸ ਤੇ ਹੱਥ ਪੈਰ ਫੁੱਲਣੇ ਸ਼ੁਰੂ ਹੋ ਗਏ ਨੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੰਜਾਬ ਸਰਕਾਰ ਪੁਲਿਸ ਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਬਹਾਲੀ ਲਈ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਟਾਫ ਨਾਲ ਸੰਪਰਕ ਕਰ ਰਹੀ ਹੈ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਖਤਰ ਜਸਪਾਲ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰਣੁਪਾਲ ਸਿੰਘ ਵੱਲੋਂ ਦੋ ਵਾਰ ਅਕਾਲ ਤਖਤ ਸਾਹਿਬ ਦੇ ਹੈੱਡਕੁਆਰਟਰ ਸੰਪਰਕ ਕਰਕੇ ਸਿੰਘ ਸਾਹਿਬ ਦੀ ਸੁਰੱਖਿਆ ਬਹਾਲ ਕਰਨ ਬਾਰੇ ਕਿਹਾ ਗਿਆ ਪਰ ਸਿੰਘ ਸਾਹਿਬ ਨੇ ਸੁਰੱਖਿਆ ਲੈਣ ਤੋਂ ਮਨਾਂ ਕਰ ਦਿੱਤਾ ਗਿਆ ਹੈ। ਦੌਰ ਪੈ ਰ ਫੰਡ ਲਈ 5 ਸਾਲ ਤੱਕ ਲੜਿਆ ਹੁਣ ਰੇਲਵੇ ਨੂੰ ਦੇਣੇ ਪੈਣਗੇ 2.743 ਕਰੋੜ ਰੁਪਏ ਸੂ ਰਾਜਸਥਾਨ ਦੇ ਕੋਟਾ ਦੇ ਵਿੱਚ ਇੱਕ ਜਾਗਰੂਕ ਨਾਗਰਿਕ ਨੇ ਰੇਲਵੇ ਦੀ ਵੱਡੀ ਲਾਪਰਵਾਹੀ ਦਾ ਪਰਦਾ ਫਾਸ਼ ਕੀਤਾ ਮਹਿਜ 2 ਰੁਪਏ ਦੀ ਲੜਾਈ ਕਰਨ ਰੇਲਵੇ ਨੂੰ ਹੁਣ 2.43 ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ ਵੱਡੀ ਖਬਰ ਹੈ ਪਰ ਉਸ ਤੋਂ ਪਹਿਲਾਂ ਦੋਸਤੋ ਨਿੱਕੀ ਜਿਹੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਦੋਸਤੋ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਇੰਜੀਨੀਅਰ ਅਤੇ ਆਰਟੀਆਈ ਕਾਰਕੁਨ ਨੇ ਸਿਰਫ ਦੂਰ ਪੈਦੇ ਰਿਫੰਡ ਲਈ ਲੰਬੀ ਲੜਾਈ ਲੜੀ ਇਸ ਦੇ ਨਾਲ ਉਹਨਾਂ ਨੂੰ 2,98,000 ਰੁਪਏ ਉਪਭੋਗਤਾਵਾਂ ਨੂੰ ਫਾਇਦਾ ਹੋਇਆ ਮਾਮਲਾ ਕੋਟਾ ਦੇ ਨਾਲ ਸਬੰਧਤਾ ਕੋਟਾ ਦੇ ਮਹਾਵੀਰ ਨਗਰ ਦਾ ਰਹਿਣ ਵਾਲਾ ਸਜੀਤ ਸਵਾਮੀ ਦੂਰ ਪੈ ਤੋਂ ਘੱਟ ਟਿਕਟ ਰਿਫੰਡ ਲਈ ਪਿਛਲੇ 5 ਸਾਲਾਂ ਤੋਂ ਲੜ ਰਿਹਾ ਸੀ 30 ਸਾਲਾਂ ਨੇ ਸਜੀਤ ਸਿੰਘ ਨੇ ਦੱਸਿਆ ਕਿ ਅਪ੍ਰੈਲ 2017 ਅਤੇ ਦੂਸਰੇ 2 ਜੁਲਾਈ ਨੂੰ ਜਾਨ ਦੇ ਲਈ ਗੋਡਨ ਟੈਂਪਲ ਮੇਲ ਚ ਕੋਟਾ ਤੋਂ ਨਵੀਂ ਦਿੱਲੀ ਲਈ ਟਿਕਟ ਬੁੱਕ ਕਰਵਾਈ ਸੀ ਉਡੀਕ ਕਰਨ ਉਹ ਸਫਰ ਨਹੀਂ ਕਰ ਸਕਿਆ ਉਸਨੇ 765 ਰੁਪਏ ਦੀ ਟਿਕਟ ਕੈਨਸਲ ਕਰਵਾਈ ਰੱਦ ਕਰਨ ਤੇ ਉਸ ਨੂੰ 665 ਰੁਪਏ ਰਫੰਡ ਮਿਲਿਆ ਉਸ ਦਾ ਕਹਿਣਾ ਹੈ ਕਿ ਰੇਲਵੇ ਨੇ 65 ਰੁਪਏ ਦੀ ਬਜਾਏ 100 ਰੁਪਏ ਦੀ ਕਟੌਤੀ ਕੀਤੀ ਅਤੇ ਉਸ ਤੋਂ ਸਰਵਿਸ ਟੈਕਸ ਵਜੋਂ 35 ਰੁਪਏ ਵਾਧੂ ਲਏ ਨੇ ਉਸਨੇ ਜੁਲਾਈ 2017 ਵਿੱਚ ਇਸ ਮਾਮਲੇ ਸੰਬੰਧੀ ਆਰਟੀਇ ਦਾਇਰ ਕਰਕੇ ਜਾਣਕਾਰੀ ਮੰਗੀ ਇਸ ਤਰ੍ਹਾਂ ਹੋਰ ਕਿੰਨੇ ਖਾਤਿਰ ਹਨ ਜਿਨ੍ਹਾਂ ਦੇ 35 ਰੁਪਏ ਦਾ ਸਰਵਿਸ ਟੈਕਸ ਕੱਟਿਆ ਗਿਆ ਹੈ ਇਸ ਜਵਾਬ ਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਰੇਲਵੇ ਵੱਲੋਂ ਦਿੱਤੀ ਜਾਣਕਾਰੀ ਚ ਖੁਲਾਸਾ ਹੋਇਆ ਕਿ 298000 ਯਾਤਰੀ ਪ੍ਰਤੀ ਯਾਤਰੀ 35 ਰੁਪਏ ਸਰਵਿਸ ਟੈਕਸ ਵਸੂਲੇ ਜਾਂਦੇ ਨੇ ਸੈਦੂ ਮੂਸੇਵਾਲਾ ਦੇ ਅੰਤਮ ਸੰਸਕਾਰ ਮੌਕੇ ਰਕੇਸ਼ ਟਿਕਟ ਨੇ ਸਾਂਝੀ ਕੀਤੀ ਭਾਵਕ ਤਸਵੀਰ ਇਸ ਦੇ ਨਾਲ ਹੀ ਰਕੇਸ਼ ਟਿਕਟ ਨੇ ਭਾਵਕ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਫਿਰੋਜ਼ਪੁਰ ਦੇ ਨਵਦੀਪ ਅਗਰਵਾਲ ਨੇ ਯੂਪੀਐਸਸੀ ਪ੍ਰੀਖਿਆ ਚ ਕੀਤਾ 150ਵਾਂ ਸਥਾਨ ਹਾਸਲ ਬਣਿਆ ਆਈਪੀਐਸ ਫਿਰੋਜ਼ਪੁਰ ਜ਼ਿਲ੍ਹੇ ਦੇ ਨਵਦੀਪ ਅਗਰਵਾਲ ਨੇ ਦੇਸ਼ਪੜ ਦੇ ਵਿੱਚ ਯੂਪੀਐਸਸੀ ਪ੍ਰੀਖਿਆ ਦੇ ਨਤੀਜੇ ਚ 150ਵਾਂ ਰੈਂਕ ਹਾਸਲ ਕੀਤਾ ਜਾਣਕਾਰੀ ਦਿੰਦਿਆਂ ਨਵਦੀਪ ਨੇ ਦੱਸਿਆ ਕਿ 2016 ਵਿੱਚ ਉਸਨੇ ਆਈਐਫਐਸ ਦੀ ਪ੍ਰੀਖਿਆ ਦਿੱਤੀ ਸੀ ਪਰ ਉਸ ਵਿੱਚ ਸਫਲ ਨਹੀਂ ਹੋ ਸਕਿਆ ਜਿਸ ਤੋਂ 5 ਸਾਲ ਬਾਅਦ ਉਸਨੇ ਜਨਵਰੀ 2021 ਦੇ ਵਿੱਚ ਫਿਰ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ ਉਸਨੇ ਦਿਨ ਰਾਤ ਇੱਕ ਕਰਕੇ ਤਿਆਰੀ ਕੀਤੀ ਧਿਆਨ ਦਿੱਤਾ ਜਿਸ ਕਰਕੇ ਪਹਿਲੀ ਵਾਰ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਣ ਤੇ ਸਫਲਤਾ ਹਾਸਲ ਕੀਤੀ ਹੈ ਪੰਜਾਬ ਸਰਕਾਰ ਨੇ ਕਈ ਵੀਆਈਪੀਜ਼ ਦੀ ਸੁਰੱਖਿਆ ਕੀਤੀ ਬਹਾਲ ਮੂਸੇਵਾਲਾ ਦੇ ਕਤਲ ਮਗਰੋਂ ਹੋ ਰਹੀ ਹੈ ਆਲੋਚਨਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰੱਖਿਆ ਵਿੱਚ ਕਟੌਤੀ ਲਈ ਭਗਵੰਤ ਮਾਨ ਸਰਕਾਰ ਦੀ ਭਾਰੀ ਆਲੋਚਨਾ ਹੋ ਰਹੀ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਕਈ ਵੀਆਈਪੀਜ਼ ਦੀ ਸੁਰੱਖਿਆ ਬਹਾਲ ਕਰਨ ਦੇ ਹੁਕਮ ਦਿੱਤੇ ਨੇ ਦੂਜੇ ਪਾਸੇ ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਮੋੜ ਸੁਰੱਖਿਆ ਲੈਣ ਤੋਂ ਸਿਰ ਸਾਫ਼ ਇਨਕਾਰ ਕਰ ਦਿੱਤਾ ਹੈ। ਸਾਵਧਾਨ ਅੱਜ 1 ਜੂਨ ਤੋਂ ਬੈਂਕਿੰਗ, ਇੰਸ਼ੋਰੈਂਸ ਅਤੇ ਹੋਮ ਲੋਨ ਸਮੇਤ ਕਈ ਖੇਤਰਾਂ ਦੇ ਵਿੱਚ ਹੋਣ ਵਾਲੇ ਨੇ ਵੱਡੇ ਬਦਲਾਅ ਸੋ ਜੂਨ ਮਹੀਨੇ ਤੋਂ ਕਈ ਨਵੇਂ ਨਿਯਮ ਲਾਗੂ ਹੋਣਗੇ ਜਿਹੜੇ ਜਿਹੜੇ ਸਿੱਧਾ ਤੁਹਾਡੀ ਜੇਬ ਤੇ ਅਸਰ ਪਾਉਣਗੇ। ਅਜਿਹੇ ਵਿੱਚ ਇਹਨਾਂ ਨਵੇਂ ਨਿਯਮਾਂ ਬਾਰੇ ਸਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ 1 ਜੂਨ ਤੋਂ ਭਾਰਤੀ ਸਟੇਟ ਬੈਂਕ ਦੇ ਹੋਮ ਲੋਨ ਲੈਣ ਵਾਲਿਆਂ ਨੂੰ ਐਕਸੈਸ ਬੈਂਕ ਅਤੇ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਗਾਹਕਾਂ ਨੂੰ ਵਾਹਨ ਚਾਲਕਾਂ ਦੀ ਜੇਬਾਂ ਤੇ ਅਸਰ ਹੋਣ ਵਾਲਾ ਹੈ ਐਸਬੀਆਈ ਨੇ ਆਪਣੇ ਹੋਮ ਲੋਨ ਦੇ ਵਿੱਚ ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ ਨੂੰ 40 ਬੇਸਿਸ ਪੁਆਇੰਟ ਵਧਾ ਕੇ 7.5 ਫੀਸ ਦੀ ਕਰ ਦਿੱਤਾ ਹੈ ਥਰਡ ਪਾਰਟੀ ਚਾਰਸ ਮਹਿੰਗੀ ਹੋ ਗਈ ਹੈ 골ਡ ਹਾਲ ਮਾਰਕਿੰਗ ਮਹਿੰਗੀ ਹੋ ਗਈ ਹੈ ਇੰਡੀਆ ਪੋਸਟ ਪੇਮੈਂਟਸ ਬੈਂਕ ਐਕਸੈਸ ਬੈਂਕ ਗੈਸ ਸਿਲੰਡਰ ਸਾਰਾ ਕੁਝ ਮਹਿੰਗਾ ਹੋ ਗਿਆ ਹੈ ਸੰਤੂਸੀ ਚੇਵਾਲਾ ਤੇ ਸਹਾਣੀ ਨੇ ਭਰਿਆ ਨਾਮਜ਼ਦਗੀ ਪੱਤਰ ਆਮ ਆਦਮੀ ਪਾਰਟੀ ਵੱਲੋਂ ਜਾਣਗੇ ਰਾਜ ਸਭਾ ਦੇ ਵਿੱਚ ਵਿਰੋਧ ਝੂ ਕੋਈ ਨਹੀਂ ਜਿੱਤੇ ਇਹਨਾਂ ਦੀ ਤੈਅ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਉਮੀਦਵਾਰਾਂ ਨੂੰ ਲੈ ਕੇ ਵਿਵਾਦ ਹੋਇਆ ਸੀ ਪੰਜਾਬ ਤੋਂ ਰਾਗਵ ਚੱਡਾ ਸੰਦੀਪ ਪਾਠਕ ਨੂੰ ਰਾਜ ਸਭਾ ਪੇਜਾਂ ਤੇ ਵਿਰੋਧੀਆਂ ਨੇ ਸਵਾਲ ਚੁੱਕੇ ਸਨ ਮਨਕੀਰਤ ਔਲਖ ਦੀ ਜਾਨ ਨੂੰ ਵੱਡਾ ਖਤਰਾ ਸੁਰੱਖਿਆ ਵਧਾਉਣ ਦੀ ਕੀਤੀ ਮੰਗ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ ਜਾਣਕਾਰੀ ਮੁਤਾਬਕ ਔਲਖ ਨੂੰ ਪਿਛਲੇ ਮਹੀਨੇ ਹੀ ਬੰਬੀਹਾ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ ਹਾਲਾਂਕਿ ਮਨਕੀਰਤ ਦੇ ਮੂਸੇਵਾਲਾ ਦੇ ਕਤਲ ਦਾ ਦੋਸ਼ ਲਾਇਆ ਜਾ ਰਿਹਾ ਸੋ ਇਸ ਪੋਸਟਰ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਮੂਸੇਵਾਲਾ ਦੇ ਕਤਲ ਪਿੱਛੇ ਗਾयक ਮਨਕੀਰ ਤੌਲਖ ਦਾ ਹੱਥ ਹੈ ਇਹ ਵੀ ਦਾਵਾ ਕੀਤਾ ਗਿਆ ਕਿ ਸਾਰੇ ਗਾਇਕਾਂ ਤੋਂ ਪੈਸੇ ਵਸੂਲਣ ਪਿੱਛੇ ਵੀ ਮਨਕੀਰਤ ਦਾ ਹੱਥ ਹੈ ਸਿੱਧੂ ਮੂਸੇਵਾਲਾ ਦੇ ਕਤਲ 'ਚੋਂ ਨਾ ਆਉਣ ਮਗਰੋਂ ਸਾਹਮਣੇ ਆ ਸਿੰਗਰ ਮਨਕੀਰਤ ਔਲਖ ਨੇ ਦਿੱਤੀ ਸਪਾਈ ਹੱਥ ਜੋੜ ਕੇ ਕਿਹਾ ਪੰਜਾਬੀ ਗਾਇਕ ਮਨਕੀਰ ਤੌਲਖ ਦਾ ਨਾਂ ਇਸ ਹੱਥ 'ਚੋਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਦੱਸਦੀ ਹੈ ਮਨਕੀਰ ਤੌਲਖ ਨੇ ਉਸੇ ਗੈਂਗ ਦੇ ਨਾਲ ਜੁੜੇ ਤਾਰ ਦੱਸੇ ਜਾ ਰਹੇ ਨੇ ਜਿਸ ਨੇ ਸਿੱਧੂ ਮੂਸੇਵਾਲਾ ਨੂੰ ਕਤਲ ਦੀ ਜ਼ਿੰਮੇਵਾਰੀ ਲਈ ਇਸਦੇ ਨਾਲ ਇੱਕ ਹੋਰ ਗੈਂਗ ਬੰਬੀਹਾ ਗੈਂਗ ਵੱਲੋਂ ਪੋਸਟ ਪਾ ਕੇ ਔਲਖ ਤੇ ਇਲਜ਼ਾਮ ਲਾਇਆ ਗਿਆ ਕਿ ਉਹ ਬਾਕੀ ਸਿੰਗਰਾਂ ਦੇ ਨਿੱਜੀ ਜਾਣਕਾਰੀ ਬਿਸ਼ਨੋਈ ਗੈਂਨ ਨੂੰ ਦਿੰਦਾ ਤੇ ਸਿੰਗਰਾਂ ਤੋਂ ਪੈਸੇ ਲੈ ਕੇ ਇਸ ਗਰੁੱਪ ਨੂੰ ਦਿੰਦਾ ਹੈ ਸੋ ਇਸ ਦੇ ਵਿਚਾਲੇ ਹੁਣ ਮਨਕੀਰ ਤੌਲਖ ਸਾਹਮਣੇ ਆਇਆ ਉਸ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਸ ਨੇ ਸਿੱਧੂ ਦੀ ਮੌਤ ਤੇ ਦੁੱਖ ਜ਼ਾਹਰ ਕੀਤਾ ਤੇ ਆਪਣੇ ਮੈਨੇਜਰ ਦਾ ਨਾਂ ਆਉਣ ਤੇ ਪ੍ਰਤੀਕਿਰਿਆ ਦਿੰਦੀ ਉਹਨਾਂ ਨੇ ਕਿਹਾ ਜੀ ਮੀਡੀਆ ਨੂੰ ਅਜੇ ਹਿਸ਼ਾਨੀ ਕਰਨਾ ਚਾਹੀਦਾ ਕਿਸੇ ਵੀ ਤਰ੍ਹਾਂ ਦੋਸ਼ ਲਾਉਣੇ ਗਲਤ ਨੇ ਸਿੱਧੂ ਮੂਸੇਵਾਲਾ ਦੇ ਫੈਨ ਨੇ ਕੀਤੀ ਜਾਨ ਦੇਣ ਦੀ ਕੋਸ਼ਿਸ਼ ਚੁੱਕਿਆ ਵੱਡਾ ਕਦਮ ਸੋ ਵੱਡੀ ਖਬਰ ਹੈ ਜਾਣਕਾਰੀ ਦੇ ਅਨੁਸਾਰ ਮੂਸੇਵਾਲਾ ਦਾ ਪ੍ਰਸ਼ੰਸਕ ਮਹਿਜ 17 ਸਾਲ ਦੀ ਉਮਰ ਦਾ ਹੈ ਤੇ ਇਸ ਬੱਚੇ ਦਾ ਨਾਮ ਉਤਾਰ ਸਿੰਘ ਦੱਸਿਆ ਜਾ ਰਿਹਾ ਹੈ ਮੂਸੇਵਾਲੇ ਦਾ ਬਹੁਤ ਵੱਡਾ ਫੈਨ ਸੀ ਉਸ ਦੇ ਨਾਮ ਤੇ ਤਸਵੀਰਾਂ ਵਾਲੀਆਂ ਸ਼ਰਟਾਂ ਹੀ ਪਾਉਂਦਾ ਸੀ ਉਸ ਤੇ ਗੀਤ 24 ਘੰਟੇ ਸੁਣਦਾ ਰਹਿੰਦਾ ਸੀ ਵਿੱਕੀ ਮਿੱਡੂ ਖੇੜਾ ਦੇ ਪਰਾ ਅਜੇਪਾਲ ਮਿੱਡੂ ਖੇੜਾ ਦੀ ਵਧਾਈ ਗਈ ਸੁਰੱਖਿਆ ਉਸ ਵੱਡੀ ਖਬਰ ਅਜੇ ਵਿੱਕੀ ਮਿੱਡੂ ਖੇੜਾ ਦੇ ਪਰਾ ਅਜੇਪਾਲ ਮਿੱਡੂ ਖੇੜਾ ਨੇ ਮੰਗੀ ਸੁਰੱਖਿਆ ਹਾਈ ਕੋਰਟ ਚ ਪਾਈ ਪਟੀਸ਼ਨ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਹਾਈ ਕੋਰਟ ਦੇ ਵਿੱਚ ਧਾਰਿਤ ਕੀਤੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਅਤਿ ਅੰਤਰੀਮ ਸੁਰੱਖਿਆ ਵਧਾ ਦਿੱਤੀ ਗਈ ਹੈ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਦੱਸਿਆ ਜਾ ਰਿਹਾ ਹੈ ਅਗਲੀ ਵੱਡੀ ਖਬਰ ਆ ਜੀ ਮਾਨਸੂਨ ਅਪਡੇਟ ਨੂੰ ਲੈ ਕੇ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਇਸ ਵਾਰ ਮਾਨਸੂਨ ਚ ਹੋਵੇਗੀ ਭਾਰੀ ਬਾਰਿਸ਼ ਮਾਨਸੂਨ ਭਾਰਤ ਦੇ ਵਿੱਚ ਦਾਖਲ ਹੋ ਗਿਆ ਜੀ ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ ਦक्कਨ ਪੱਛਮੀ ਮਾਨਸੂਨ 29 ਮਈ ਨੂੰ ਹੀ ਕਿਰਪਾ ਕਰ ਰਿਹਾ ਜਦੋਂ ਕਿ ਇਸ ਦੇ ਆਉਣ ਦੀ ਔਸਤ ਮਿਤੀ 1 ਜੂਨ ਮੰਨੀ ਜਾਂਦੀ ਹੈ ਮੰਗਲਵਾਰ ਨੂੰ ਕੇਰਲਾ ਤੇ ਤੰਨਲਾਡੂ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਅੱਗੇ ਵਧਦਾ ਦੇਖਿਆ ਗਿਆ ਪਰ ਇਸ ਦੀ ਰਫ਼ਤਾਰ ਹੁਣ ਹੌਲੀ ਹੋ ਗਈ ਹੈ ਜਾਣਕਾਰੀ ਦੇ ਲਈ ਚੈਨਲ ਦੇ ਪਾਈ ਤੁਸੀਂ ਸਾਡੇ ਚੈਨਲ ਦੇ ਪਾਈ ਹੋਈ ਪੰਜਾਬ ਵੈਦਰ ਮੌਸਮਾਂ ਵਾਲੀ ਵੀਡੀਓ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼wini ਸ਼ਰਮਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼wini ਸ਼ਰਮਾ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਸੋ ਪੰਜਾਬ ਸਰਕਾਰ ਵੱਲੋਂ ਇਸ ਕਤਲकांड ਦੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਇਸ ਮੌਕੇ ਸੂਬੇ ਦੇ ਜਨਰਲ ਸਕਤਰ ਰਜੇਸ਼ ਬਾਗਾ ਸੁਭਾਸ਼ ਸ਼ਰਮਾ ਤੇ ਦਿਆਲ ਰਸੋਦੀ ਰਾਣਾ ਦਿਆਲ ਸੋਢੀ ਸੋ ਰਾਣਾ ਸੋਢੀ ਜ਼ਿਲ੍ਹਾ ਭਾਜਪਾ ਮੱਖਣ ਜੰਨਲ ਅਤੇ ਹੋਰ ਸੀਨੀਅਰ ਭਾਜਪਾਗੂ ਸ਼ਾਮਲ ਸਨ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸ਼ ਦੇ ਬਾਹਰ ਕੱਚੇ ਮੁਲਾਜ਼ਮਾਂ ਵੱਲੋਂ ਤਰਮਾ ਪਾਵਰ ਕਾਮ ਪਰਾਸਕੋ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਤਰਨਾ ਦਿੱਤਾ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸ਼ ਦੇ ਬਾਹਰ ਸੰਗਰੂਰ ਚੰਡੀਗੜ੍ਹ ਰੋਡ ਤੇ ਕੱਚੇ ਮੁਲਾਜ਼ਮਾ ਨੇ ਜਾਮ ਲਾ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਸੰਗਰੂਰ ਵਿੱਚ ਹੋਣ ਜਾ ਰੀਆਂ ਜਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਾਂਗੇ ਪਾਵਰ ਕਾਮ ট্রান্সਕੋ ਕੰਟਰੈਕਟ ਵਰਕਰਜ਼ ਯੂਨੀਅਨ ਨੇ ਅੱਜ ਪੱਕਾ ਟੈਂਟ ਲਾ ਕੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਸੰਗਰੂਰ ਚੰਡੀਗੜ੍ਹ ਰੋਡ ਜਾਮ ਕਰ ਦਿੱਤਾ ਕੈਨੇਡਾ ਜਾਣਾ ਖਣਾ ਨਹੀਂ ਰੱਖ ਸਕੇਗਾ ਪਸਤੌਲ 100 ਗੋਲੀਬਾਰੇ ਦੀਆਂ ਵਾਦਦੀਆਂ ਘਟਨਾਵਾਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਨਵਾਂ ਗਨ ਕੰਟਰੋਲ ਕਾਨੂੰਨ ਪੇਸ਼ ਕਰਦੇ ਆਂ ਬੰਦੂਕਾਂ ਦੀ ਖਰੀਦ ਵਿਕਰੀ ਤੇ ਕਾਰੋਬਾਰ ਨੂੰ ਸਖਤ ਬੰਦਸ਼ਾਂ ਵਿੱਚ ਜਕੜਨ ਦਾ ਇਲਾਨ ਕੀਤਾ ਹੈ ਨਵਾਂ ਕਾਨੂੰਨ ਭਾਵੇਂ ਹੈਂਡ ਗਨਸ ਤੇ ਮੁਕੰਮਲ ਪਾਬੰਦੀ ਨਹੀਂ ਲਾਉਂਦਾ ਪਰ ਇਸ ਦੀ ਗਿਣਤੀ ਸੀਮਿਤ ਕਰਨ ਦੇ ਵਿੱਚ ਸਹਾਇੀ ਹੋਵੇਗਾ ਛੁੱਟੀਆਂ ਦੇ ਵਿੱਚ ਮਿਲੇਗਾ ਵਜੀਫਾ ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਜਾਰੀ ਕੀਤੇ ਹੁਕਮ ਪੰਜਾਬ ਦੇ ਸਰਕਾਰੀ ਤੇ ਨਿੱਜੀ ਸਕੂਲਾਂ 'ਚ 1 ਜੂਨ ਦੀਆਂ ਹੁਣ ਛੁੱਟੀਆਂ ਹੋਣ ਕਰਕੇ ਸਿੱਖਿਆ ਵਿਭਾਗ ਨੇ ਅਧਿਕਾਰੀਆਂ ਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਹੈਡਮਾਸਟਰਜ਼ ਨੂੰ ਯੋਗ ਵਿਦਿਆਰਥੀਆਂ ਦੇ ਵਜੀਫੇ ਸੰਬੰਧੀ ਸਾਰੇ ਦਸਤਾਵੇਜ਼ ਮੁਕੰਮਲ ਕਰਨ ਦੇ ਹੁਕਮ ਦਿੱਤੇ ਨੇ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਵਜੀਫਾ ਅਪਲਾਈ ਕਰਨਾ ਹੁੰਦਾ ਇਸ ਲਈ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਤਿੰਨ ਨੁਕਤੇ ਪੱਤਰ ਚੁਕਾਇਆ ਗਿਆ ਕਿ ਵਜੀਫੇ ਲਈ ਯੋਗ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਦਾ ਚਾਲੂ ਹਾਲਤ ਵਿੱਚ ਤੇ ਆਧਾਰ ਕਾਰਡ ਨਾਲ ਲਿੰਕ ਹੋਣਾ ਬਹੁਤ ਜ਼ਰੂਰੀ ਹੈ ਕੱਲੂਗੜਾ ਦਿਵਸ ਨੂੰ ਲੈ ਕੇ ਗਰਦਾਸਪੁਰ ਪੁਲਿਸ ਨੇ ਕੀਤੇ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੱਲੂਗੜਾ ਦਿਵਸ ਨੂੰ ਲੈ ਕੇ ਜ਼ਿਲ੍ਹਾ ਗਰਦਾਸਪੁਰ ਦੀ ਪੁਲਿਸ ਵੱਲੋਂ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਨੇ ਸ਼ਹਿਰ ਦੇ ਚਾਪੇ-ਜਾਪੇ ਤੇ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ ਕਿਸੇ ਨੂੰ ਕਾਨੂੰਨ ਵਿਵਸਥਾ ਭੰਗ ਕਰਨ ਦੀ ਆਗਿਆ ਨਹੀਂ ਹੋਵੇਗੀ ਪੁਲਿਸ ਬਲ ਦੇ ਨਾਲ-ਨਾਲ ਅਰਧ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ ਤਾਂ ਕਿ ਲਾ ਐਂਡ ਆਰਡਰ ਨੂੰ ਕਾਇਮ ਰੱਖਿਆ ਜਾ ਸਕੇ ਅੱਜ ਤੋਂ ਜਵਾਨਾਂ ਦੀ ਗਿਣਤੀ ਦੇ ਵਿੱਚ ਹੋਵੇਗਾ ਵਾਧਾ ਕੱਲੂਗਾਰਾ ਹਫਤੇ ਤੇ ਚੱਲਦੇ ਅੱਜ ਤੋਂ ਪੁਲਿਸ ਵਾਲਾ ਤੇ ਪੈਰਾ ਮਿਲਟਰੀ ਦੇ ਜਵਾਨਾਂ ਵਿੱਚ ਵਾਦਾ ਕੀਤਾ ਜਾਵੇਗਾ। ਬਸ 8 ਜੂਨ ਨੂੰ ਭਗਵੰਤ ਮਾਨ ਦੀ ਕੋਠੀ ਦੀ ਕਰੇਗੀ ਕਰਾਓ ਜਸਵੀਰ ਸਿੰਘ ਗੜੀ ਸੋ ਬੋਧਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਬੁਨਿਆਦ ਕੇਜਰੀਵਾਲ ਦੇ ਲਾਰੇ ਅਤੇ ਝੂਠੇ ਕੌਲ ਹਨ ਜੋ ਕਿ ਪੰਜਾਬੀਆਂ ਨਾਲ ਚਿੱਟੇ ਦਿਨ ਬੋਲੇ ਗਏ ਸਨ ਇਸ ਖਿਲਾਫ ਬੋਧਨ ਸਮਾਜ ਪਾਰਟੀ 8 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਕਰਾਓ ਕਰੇਗੀ। ਐਸਡੀ ਨਾਲੀ ਗਾੜੀ ਨੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਸਿੱਧੂ ਮੂਸੇਵਾਲਾ ਦਾ ਕਤਲ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਦਾ ਕਾਲਾ ਕਲੰਕ ਹੈ ਜਿਸ ਦੇ ਤਹਿਤ ਅੱਜ ਪੰਜਾਬ ਸਿਆਂ ਦੇ ਰੂਪ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤਾਂ ਮਰ ਗਿਆ ਆਪਣੀ ਪੱਗ ਆਪਣੇ ਹੱਥੀ ਉਤਾਰ ਕੇ ਪੰਜਾਬੀਆਂ ਦੇ ਦੁੱਖ ਦਾ ਰੋਣਾ ਕੀਰਨਾਂ ਦੇ ਰੂਪ ਵਿੱਚ ਰੋ ਰਿਹਾ ਜਿਸ ਨੂੰ ਪੂਰੇ ਪੰਜਾਬ ਨੂੰਹੇ ਦੁਖੀ ਹਿਰਦੇ ਦੇ ਨਾਲ ਦੇਖਿਆ ਜਾਵੇਗਾ ਪੰਜਾਬ ਪਾਵਰ ਕਾਮ ਦੇ ਵਿੱਚ 1690 ਅਸਿਸਟੈਂਟ ਲਾਈਨਮੈਨ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਸੋ ਵੱਡੀ ਖਬਰ ਹੈ ਜੇ ਬਿਜਲੀ ਵਿਭਾਗ ਨੇ ਲਾਈਨਮੈਨ ਦੀ ਨੌਕਰੀ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਲਈ ਨੌਕਰੀ ਦੀ ਖਬਰ ਹੈ ਪੰਜਾਬ ਸਰਕਾਰ ਦੇ ਬਿਜਲੀ ਉਤਪਾਦਨ ਅਤੇ ਵੰਡ ਕੰਪਨੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਲਾਈਨਮੈਨ ਦੀਆਂ 1600 90 ਅਸਾਮੀਆਂ ਦੇ ਲਈ 31 ਮਈ 2022 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪੰਜਾਬ ਅਸਿਸਟੈਂਟ ਲਾਈਨਮੈਨ ਭਰਤੀ ਵੀ ਸੋ 22 ਦੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਅਰਜੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਪੀਐਸਪੀਸੀਐਲ ਦੀ ਅਧਿਕਾਰਤ ਵੈੱਬਸਾਈਟ ਤੇ ਉਪਲਬਧ ਕਰਵਾਏ ਜਾਣ ਵਾਲੇ ਆਨਲਾਈਨ ਫਾਰਮ ਅਰਜੀ ਰਾਹੀਂ ਅਪਲਾਈ ਕਰ ਸਕਦੇ ਨੇ ਸੰਗਰੂਰ ਜਿਮਨੀ ਚੋਣਾ ਜੋ ਕਿਸੇ ਬੰਦੀ ਸਿੰਘ ਜਾਂ ਉਸਦੇ ਪਰਿਵਾਰਕ ਮੈਂਬਰ ਨੂੰ ਬਣਾਇਆ ਜਾਵੇ ਪੰਥ ਦਾ ਸਾਂਝਾ ਉਮੀਦਵਾਰ ਲਿਖਤੀ ਬਿਆਨ ਜਾਰੀ ਕਰਦਿਆਂ ਸੰਤ ਗਾਨੀ ਹਰਨਾਮ ਸਿੰਘ ਖਾਲਸਾ ਪਿੰਡਰਾਵਾਲੇ ਦਮੂਕੀ ਦਮਦਾਂਵੀ ਟਕਸਾਲਾ ਤੇ ਪ੍ਰਧਾਨ ਸੰਤ ਸਮਾਜ ਨੇ ਕਿਹਾ ਕਿ ਪੰਥ ਹੰਦਰ ਉੱਤਰਹੀ ਮੰਗ ਸੰਗਰੂਰ ਲੋਕ ਸਭਾ ਦੀ ਜਿਮਨੀ ਚੋਣ ਵਿੱਚ ਕਿਸੇ ਬੰਦੀ ਸਿੰਘ ਜਾਂ ਉਸਦੇ ਪਰਿਵਾਰ ਵਿੱਚੋਂ ਕਿਸੇ ਮੈਂਬਰ ਨੂੰ ਪੰਥ ਦਾ ਸਾਂਝਾ ਉਮੀਦਵਾਰ ਬਣਾਇਆ ਜਾਵੇ। ਉਹਨਾਂ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਹਰ ਸਿੱਖ ਚਾਹੁੰਦਾ ਹੈ ਕਿ 25 25 30 30 ਸਾਲਾਂ ਤੋਂ ਵੱਧ ਵਕ ਵਕ ਜ਼ਿਲਾਂ ਨੂੰ ਬੰਦ ਬੰਦੀ ਸਿੰਘ ਜਲਦੀ ਤੋਂ ਜਲਦੀ ਰਿਹਾ ਹੋਣ ਉਹਨਾਂ ਨੇ ਕਿਹਾ ਕਿ ਇਤਿਹਾਸਕ ਸੱਚ ਹੈ ਕਿ ਜਦੋਂ ਵੀ ਸਿੱਖ ਜਗਤ ਨੇ ਇੱਕ ਹੋ ਕੇ ਪੰਥਕ ਮਸਲਾਂ ਦੀ ਲੜਾਈ ਲੜੀ ਆ ਤੋ ਉਦੋਂ ਹੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਪੁਲਿਸ ਦੇ ਵਿੱਚ ਵੱਡੀ ਰਦੋਬਦਲ ਏ ਡੀ ਜੀ ਪੀ ਲਾ ਐਂਡ ਆਰਡਰ ਤੇ ਵਿਜੀਲੈਂਸ ਚੀਫ ਰਾਤੋ ਰਾਤ ਬਦਲੇ ਸੋ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੀ ਭਗਵੰਤਾਨ ਸਰਕਾਰ ਦੇ ਵੱਲੋਂ ਏ ਡੀ ਜੀ ਪੀ ਲਾ ਐਂਡ ਆਰਡਰ ਤੇ ਵਿਜੀਲੈਂਸ ਚੀਫ ਨੂੰ ਬਦਲ ਦਿੱਤਾ ਗਿਆ ਹੈ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਸੀਨੀਅਰ ਆਈ ਪੀ ਐਸ ਅਫਸਰ ਰੀਸ਼ਵਰ ਸਿੰਘ ਨੂੰ ਏ ਡੀ ਜੀ ਪੀ ਲਾ ਆਰਡਰ ਨਿਯੁਕਤ ਕੀਤਾ ਗਿਆ ਤੇ ਉੱਥੇ ਹੀ ਆਈ ਪੀ ਐਸ ਅਫਸਰ ਬਰਿੰਦਰ ਕੁਮਾਰ ਨੂੰ ਪੰਜਾਬ ਵਿਜੀਲੈਂਸ ਦਾ ਚੀਫ ਨਿਯੁਕਤ ਕੀਤਾ ਗਿਆ ਹੈ। ਦੋਸਤੋ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ। ਬਾਲੀਵੁੱਡ ਅਦਾਕਾਰ ਸੰਜੇ ਦਾਤ ਵੱਲੋਂ ਸਿੱਧੂ ਮੂਸੇਵਾਲਾ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ। ਆਂਡਰਵਰਡ ਗੈਂਗ ਵਰਸਸ ਪਬਜੀ ਵਰਗੀ ਇਸ ਗੇਮ ਨੇ ਚਿੰਤਾ ਦੇ ਵਿੱਚ ਪਾਏ ਮਾਪੇ ਬੱਚਿਆਂ ਦਾ ਵਧ ਰਿਹਾ ਮਾਨਸਿਕ ਤਣਾਅ ਸੋ ਵੱਡੀ ਖਬਰ ਹੈ ਜੀ ਪਬਜੀ ਵਰਗੀ ਇੱਕ ਹੋਰ ਗੇਮ ਸ਼ੁਰੂ ਹੋਣ ਜਾ ਰਹੀ ਆ ਜੀ PUBG ਵਾਂਗ ਇੱਕ ਹੋਰ ਨਵੀਂ ਦੇਸੀ ਗੇਮ ਅੰਡਰਵਰਲਡ ਗੈਂਗ ਵਾਰਦ ਸ਼ੁਰੂ ਕੀਤੀ ਜਾ ਰਹੀ ਆ ਜਿਸ ਦੀ ਸ਼ਬਦਾਲੀ ਜਿਵੇਂ ਉਤਰਾਓ ਘੇਰੋ ਮਾਰੋ ਗ੍ਰੈਬ ਗੇਮ ਅੰਡਰਵਰਲਡ ਗੈਂਗ ਵਾਰ ਮਹਿਮ ਸਟੂਡੀਓ ਨਾਂ ਦੀ ਕੰਪਨੀ ਨੇ ਬਣਾਇਆ ਤੇ ਮਹਿਮ ਦੀ ਸਪੋਰਟਸ ਕੰਪਨੀ MPL ਦਾ ਕਹਿਣਾ ਹੈ ਕਿ ਇਹ ਬੈਟਲ ਰੋਇਲ ਗੇਮ ਹੈ ਜਾਨੀ ਕਿ ਫਾਈਟ ਗਨ ਬੰਬ ਹਾਈਡ ਫਾਈਟ ਟਾਈਪ ਜਿਸ ਵਿੱਚ ਬਹੁਤ ਸਾਰੇ ਖਿਡਾਰੀ ਆਨਲਾਈਨ ਲੜਦੇ ਨੇ ਤੇ ਅੰਤ ਤੂਜੂ ਜੋ ਪਜਦਾ ਉਹ ਜੇਤੂ ਹੁੰਦਾ ਇਸ ਗੇਮ ਦੇ ਲਈ ਪ੍ਰੀ ਰਜਿਸਟ੍ਰੇਸ਼ਨ 22 ਮਈ ਤੋਂ ਸ਼ੁਰੂ ਹੋ ਰਹੀ ਹਾਲਾਂਕਿ ਕਿਸੇ ਨੂੰ ਇਸ ਗੇਮ ਸੰਬੰਧੀ ਖੇਡ ਨਾਲ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਬੱਚਿਆਂ ਦਾ ਵਿੱਚ ਇਸ ਨਾਲ ਮਾਨਸਿਕ ਤਣਾਅ ਵੀ ਵਾਧਾ ਹੈ ਗਰਾਊਂਡ ਰਿਪੋਰਟ ਆ ਜੀ ਫਿਰੋਜ਼ਪੁਰ ਤੋਂ ਜਿੱਥੇ ਮੌਤ ਦਾ ਟਾਂਡਵ ਸਰਹੱਦੀ ਜ਼ਿਲ੍ਹੇ ਦੇ ਵਿੱਚ ਨਹੀਂ ਰੁਕਿਆ ਨਸ਼ੇ ਦੇ ਕਾਰਨ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀਆਂ ਸੋ ਗਵਾਂਡੀ ਮੁਲਕ ਵੱਲੋਂ ਤਾਰ ਤੋਂ ਪਾਰ ਪੇ ਜਾ ਜਾ ਰਾ ਚਟਾ ਸਰਹੱਦ ਦੀ ਜ਼ਿਲੇ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ 3 ਦਿਨਾਂ ਦੇ ਵਿੱਚ ਤੀਜੇ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ ਇਸ ਮੌਤ ਦਾ ਟਾਂਡਵ ਇਸ ਤਰ੍ਹਾਂ ਹੋ ਰਿਹਾ ਹੈ ਘਰਾਂ ਦੇ ਦੀਵੇ ਠੰਡੇ ਹੋ ਰਹੇ ਨੇ ਸੋ ਗੁਰੂ ਹਰ ਸਹਾਇ ਦੇ ਵਿੱਚ ਨਸ਼ੇ ਕਰਨ 18 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਸਪਲਾਈ ਚੇਨ ਟੁੱਟਣ ਕਾਰਨ ਨਸ਼ੇੜੀਆਂ ਦੀ ਮੰਗ ਵਧ ਗਈ ਐ ਸੋ ਇਹ ਵੀ ਵੱਡੀ ਖਬਰ ਹੈ ਟਰਾਂਸਪੋਰਟ ਮੰਤਰੀ ਵੱਲੋਂ ਸਰਕਾਰੀ ਬੱਸਾਂ 'ਚੋਂ ਡੀਜ਼ਲ ਚੋਰੀ ਰੋਕਣ ਲਈ ਅਧਿਕਾਰੀਆਂ ਨੂੰ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਸੋ ਸਰਕਾਰੀ ਬੱਸਾਂ ਦੇ ਵਿੱਚ ਤੇਲ ਚੋਰੀ